ਅੱਜ ਆਪਾਂ ਪਰਮੇਸ਼ਵਰ ਜੀ ਦੇ ਵਚਨ ਦੇ ਵਿੱਚੋਂ ਸਿੱਖਾਂਗੇ ਆਤਮਾ ਦੇ ਦੁਆਰਾ ਜੀਣਾ। ਹਾਲੇਲੂਇਆ। ਸਰੀਰ ਤੇ ਆਤਮਾ ਇਹਨਾਂ ਦੋਨਾਂ ਦੀ ਹੀ ਸਾਨੂੰ ਪੂਰੀ ਜ਼ਰੂਰਤ ਹੈ। ਜੇ ਅਸੀਂ ਕਹੀਏ ਕਿ ਅਸੀਂ ਸਰੀਰ ਨੂੰ ਇਗਨੋਰ ਕਰ ਦਈਏ ਤੇ ਸਿਰਫ ਆਤਮਾ ਦੇ ਦੁਆਰਾ ਚੱਲ ਸਕਦੇ ਹਾਂ, ਵੀ ਆਤਮਾ ਦੇ ਦੁਆਰਾ ਹੀ ਇਕੱਲਾ ਜ਼ਿੰਦਾ ਰਹਿ ਸਕਦੇ ਹਾਂ, ਇੱਦਾਂ ਵੀ ਨਹੀਂ ਹੈ। ਪਰ ਅਸੀਂ ਬੈਲੈਂਸ ਬਣਾਉਣਾ ਹੈ, ਸਾਨੂੰ ਦੇਖਣਾ ਹੋਊਗਾ ਕਿਹੜੀਆਂ ਚੀਜ਼ਾਂ ਅਸੀਂ ਸਰੀਰ ਦੀਆਂ ਸੁਣਨੀਆਂ ਆ ਜਾਂ ਪੂਰੀਆਂ ਕਰਨੀਆਂ ਆ, ਤੇ ਕਿੱਥੇ ਅਸੀਂ ਆਤਮਾ ਦੀ ਆਵਾਜ਼ ਨੂੰ ਸੁਣਨਾ ਆ ਤੇ ਪੂਰਾ ਕਰਨਾ ਹੈ। ਕਿਉਂਕਿ ਜੇ ਤੁਸੀਂ ਸਰੀਰ ਨੂੰ ਖੁਰਾਕ ਨਾ ਦਿਓ ਤੇ ਸਰੀਰ ਨੇ ਖਤਮ ਹੋ ਜਾਣਾ ਹੈ। ਜੇ ਆਪਾਂ ਕਹੀਏ ਕਿ ਅਸੀਂ ਤਾਂ ਸਿਰਫ ਜੀ ਆਤਮਾ ਦੇ ਨਾਲ ਜੀਣਾ ਆ, ਸਰੀਰ ਨੂੰ ਰੋਟੀ ਪਾਣੀ ਦੇਣਾ ਬੰਦ ਕਰ ਦਿਓ, ਜਦੋਂ ਸਰੀਰ ਨੂੰ ਖੁਰਾਕ ਨਹੀਂ ਦੇਵਾਂਗੇ ਸਰੀਰ ਖਤਮ ਹੋ ਜੂਗਾ। ਜਦੋਂ ਸਰੀਰ ਖਤਮ ਹੋ ਜਾਂਦਾ ਹੈ ਤੇ ਤੁਹਾਨੂੰ ਪਤਾ ਆਤਮਾ ਆਪਣੇ ਘਰ ਨੂੰ ਵਾਪਸ ਮੁੜ ਜਾਂਦਾ, ਫਿਰ ਤੁਸੀਂ ਉਸ ਆਤਮਾ ਦੇ ਨਾਲ ਕੁਛ ਵੀ ਨਹੀਂ ਕਰ ਸਕਦੇ। ਜਦੋਂ ਤੱਕ ਤੁਹਾਡਾ ਸਰੀਰ ਕਾਇਮ ਆ, ਇਸ ਸਰੀਰ ਦੇ ਅੰਦਰ ਉਹ ਆਤਮਾ ਹੈ। ਔਰ ਜੀਂਦੇ ਜੀ ਹੀ ਅਸੀਂ ਇਸ ਆਤਮਾ ਦੇ ਵਿੱਚ ਸੁਧਾਰ ਲੈ ਕੇ ਆਉਣਾ ਹੈ। ਹਾਲੇਲੂਇਆ। ਤੇ ਜਿਵੇਂ ਸਰੀਰ ਦੀ ਖੁਰਾਕ ਬੰਦ ਕਰਨ ਦੇ ਨਾਲ ਸਰੀਰ ਮਰਦਾ ਆ, ਇੱਦਾਂ ਹੀ ਆਤਮਾ ਦੀ ਖੁਰਾਕ ਬੰਦ ਕਰ ਦੇਣ ਦੇ ਨਾਲ ਆਤਮਾ ਵੀ ਮਰ ਜਾਂਦਾ ਹੈ। ਆਤਮਾ ਕਮਜ਼ੋਰ ਹੋ ਜਾਂਦਾ ਆ, ਨਿਰਬਲ ਹੋ ਜਾਂਦਾ ਆ। ਔਰ ਆਤਮਾ ਦੀ ਖੁਰਾਕ ਆ ਪਰਮੇਸ਼ਵਰ ਦਾ ਵਚਨ। ਜਦੋਂ ਅਸੀਂ ਸਾਡੇ ਆਤਮਾ ਨੂੰ ਰੂਹ ਦੀ ਖੁਰਾਕ ਨਹੀਂ ਦਿੰਦੇ, ਉਹ ਦਿਨੋ ਦਿਨ ਲਿੱਸਾ ਹੋਣ ਲੱਗ ਜਾਂਦਾ ਹੈ। ਬਹੁਤ ਸਾਰੇ ਲੋਕਾਂ ਦੇ ਜੀਵਨ ਦੇ ਵਿੱਚ ਬੇਵਿਸ਼ਵਾਸਾਪਨ ਹੈ, ਉਹਨਾਂ ਦੀ ਨੇਚਾ ਇੰਨੀ ਮਜ਼ਬੂਤ ਨਹੀਂ ਆ, ਵਿਸ਼ਵਾਸ ਦਾ ਆਤਮਾ ਉਹਨਾਂ ਦੇ ਜੀਵਨ ਵਿੱਚ ਬਹੁਤਾ ਕੰਮ ਨਹੀਂ ਕਰਦਾ। ਮਤਲਬ ਉਹਨਾਂ ਨੂੰ ਕੋਈ ਗੱਲ ਦੱਸੀ, ਜੇ ਉਹਨਾਂ ਨੂੰ ਕਿਹਾ ਤੁਸੀਂ ਫਿਕਰ ਨਾ ਕਰੋ ਪ੍ਰਭੂ ਨੇ ਤੁਹਾਨੂੰ ਚੰਗਿਆਂ ਕਰ ਦੇਣਾ, ਉਹਨਾਂ ਨੇ ਸੋਚਾਂ 'ਚ ਪੈ ਜਾਣਾ। ਉਹਨਾਂ ਨੇ ਉਸੇ ਵੇਲੇ ਆਮੀਨ ਵੀ ਨਹੀਂ ਉਹਨਾਂ ਦੇ ਮੂੰਹ 'ਚੋਂ ਨਿਕਲਦਾ। ਉਹਨਾਂ ਨੂੰ ਲੱਗਦਾ ਇੱਦਾਂ ਕਿੱਦਾਂ ਹੋ ਸਕਦਾ, ਨਾ ਕੋਈ ਦਵਾਈ, ਨਾ ਦਾਰੂ, ਨਾ ਕੋਈ ਟੀਕਾ, ਨਾ ਟੂਣਾ, ਨਾ ਫਾਂਡਾ, ਇੱਦਾਂ ਕਿੱਦਾਂ ਠੀਕ ਹੋ ਜਾਣਾ। ਕਿਉਂਕਿ ਉਹਨਾਂ ਦੇ ਅੰਦਰ ਆਤਮਾ ਕਮਜ਼ੋਰ ਹੋ ਚੁੱਕਿਆ ਆ। ਇਹ ਜਿਹੜਾ ਸ਼ਬਦ ਹੈ ਨਾ ਕਿ ਪ੍ਰਭੂ ਨੇ ਤੁਹਾਨੂੰ ਚੰਗਿਆਂ ਕਰ ਦੇਣਾ, ਤੁਸੀਂ ਠੀਕ ਹੋ ਜਾਣਾ, ਇਹ ਇੱਕ ਸੋਲਿਡ ਫੂਡ ਆ। ਜਿੱਦਾਂ ਜਿਹਦਾ ਮੈਦਾ ਕਮਜ਼ੋਰ ਹੋਵੇ ਉਹਨੂੰ ਛੇਤੀ ਪਨੀਰ ਨਹੀਂ ਪਚਦਾ, ਉਹਨੂੰ ਦੇਸੀ ਘਿਓ ਨਹੀਂ ਪਚਦਾ, ਉਹਨੂੰ ਖਾਲਸ ਦੁੱਧ ਨਹੀਂ ਪਚਦਾ। ਕਿਉਂ? ਕਿਉਂਕਿ ਉਹਦਾ ਮੈਦਾ ਕਮਜ਼ੋਰ ਆ, ਉਹਨੂੰ ਡਿਲਿਊਟ ਕਰਕੇ ਦੇਣਾ ਪੈਂਦਾ ਆ ਸਾਰਾ ਕੁਛ। ਇੱਦਾਂ ਹੀ ਜਿਹਦੀ ਨੇਚਰ ਕਮਜ਼ੋਰ ਆ, ਜਿਹੜੇ ਪਰਮੇਸ਼ਵਰ ਦੇ ਵਾਅਦੇ ਆ ਕਿ ਮੈਂ ਤੁਹਾਨੂੰ ਰਜਾਊਂਗਾ, ਮੈਂ ਤੁਹਾਨੂੰ ਬਚਾਊਂਗਾ, ਮੈਂ ਤੁਹਾਨੂੰ ਛਡਾਊਂਗਾ, ਮੈਂ ਤੁਹਾਨੂੰ ਵੈਰੀ ਦੇ ਹੱਥਾਂ 'ਚੋਂ ਉਹਦੇ ਜਾਲ 'ਚੋਂ ਕੱਢੂੰਗਾ, ਮੈਂ ਤੁਹਾਡੇ ਲਈ ਸਭ ਕੁਛ ਕਰੂੰਗਾ, ਇਹ ਘੱਟ ਵਿਸ਼ਵਾਸ ਵਾਲਿਆਂ ਦੇ ਲਈ ਸੋਲਿਡ ਫੂਡ ਆ। ਉਹਨਾਂ ਨੂੰ ਪਚਦਾ ਹੀ ਨਹੀਂ ਇਹ। ਹੁਣ ਜਿਹੜੀ ਚੀਜ਼ ਪਚਦੀ ਨਹੀਂ ਉਹ ਜਿਸਮ ਨੂੰ ਤਾਕਤ ਨਹੀਂ ਦੇ ਸਕਦੀ,
ਉਹ ਜਿਸਮ ਦੇ ਲਈ ਗੁਣਕਾਰ ਨਹੀਂ ਹੋ ਸਕਦੀ ਕਿਉਂਕਿ ਉਹ ਬਾਹਰ ਨਿਕਲ ਜਾਣੀ। ਜਦ ਉਹਨੇ ਜਿਸਮ ਦੇ ਅੰਦਰ ਟਿਕਣਾ ਹੀ ਨਹੀਂ ਤੇ ਉਹ ਜਿਸਮ ਨੂੰ ਤਾਕਤ ਕਿੱਦਾਂ ਦੇਊਗੀ? ਇਸੇ ਤਰ੍ਹਾਂ ਹੀ ਜਦੋਂ ਵਿਸ਼ਵਾਸ ਘੱਟ ਹੁੰਦਾ ਆ ਤੇ ਉਹ ਸ਼ਬਦ ਜਿਹੜੇ ਇੱਥੋਂ ਪਵਿੱਤਰ ਵੇਦੀ ਤੋਂ ਬੋਲੇ ਜਾਂਦੇ ਆ ਕਿ ਤੁਸੀਂ ਪ੍ਰਭੂ ਯਿਸੂ ਮਸੀਹ ਦੇ ਨਾਮ 'ਚ ਫਤਿਹ ਪਾ ਰਹੇ ਹਾਂ, ਤੁਸੀਂ ਮੁਕੱਦਮਿਆਂ 'ਚੋਂ ਬਾਹਰ ਆ ਰਹੇ ਹਾਂ, ਤੁਹਾਡੇ ਘਰਾਂ ਵਿੱਚ ਬਰਕਤਾਂ ਆ ਰਹੀਆਂ ਆ, ਉਹ ਘੱਟ ਵਿਸ਼ਵਾਸ ਵਾਲਿਆਂ ਦੇ ਮਨ ਦੇ ਅੰਦਰ ਟਿਕਦੇ ਨਹੀਂ, ਨਿਕਲ ਜਾਂਦੇ ਆ। ਇਸੇ ਲਈ ਉਹਨਾਂ ਦੇ ਜੀਵਨ ਵਿੱਚ ਕੋਈ ਕੰਮ ਨਹੀਂ ਹੁੰਦਾ। ਕੰਮ ਤੇ ਤਾਂ ਹੀ ਹੋਣਾ ਸੀ ਨਾ, ਜੇ ਤੁਸੀਂ ਦੇਖੋ ਜਦੋਂ ਬੱਚਾ ਬਿਮਾਰ ਹੁੰਦਾ ਆ, ਜੇ ਦਵਾਈ ਤੁਸੀਂ ਬੱਚੇ ਨੂੰ ਦਿੰਦੇ ਆ ਉਹਦੇ ਅੰਦਰ ਜਾਂਦੀ ਆ ਤੇ ਉਹਦਾ ਬੁਖਾਰ ਲਿਥਦਾ ਆ ਜਾਂ ਉਹਦੀਆਂ ਵੋਮਿਟਸ ਜਿਹੜੀਆਂ ਆ ਉਹ ਹਟ ਜਾਂਦੀਆਂ ਆ, ਪਰ ਕਈ ਵਾਰੀ ਬੱਚਾ ਦਵਾਈ ਨੂੰ ਅੰਦਰ ਤੱਕ ਲੈ ਕੇ ਨਹੀਂ ਜਾਂਦਾ, ਸਪਿਟ ਆਊਟ ਕਰ ਦਿੰਦਾ ਆ, ਥੁੱਕ ਦਿੰਦਾ ਆ, ਬਾਹਰ ਕੱਢ ਦਿੰਦਾ ਆ, ਫੇਰ ਕੀ ਉਹ ਦਵਾਈ ਕੰਮ ਕਰੂਗੀ? ਨਹੀਂ। ਇਸੇ ਤਰ੍ਹਾਂ ਹੀ ਪਰਮੇਸ਼ਵਰ ਦਾ ਵਚਨ ਜਿੰਨੀ ਦੇਰ ਤੱਕ ਉਹ ਤੁਹਾਡੇ ਹਿਰਦੇ ਦੇ ਅੰਦਰ ਨਹੀਂ ਜਾਊਗਾ ਉਹਨੇ ਕੰਮ ਨਹੀਂ ਕਰਨਾ। ਦਵਾਈ ਤੁਸੀਂ ਬਾਹਰ ਰੱਖੀ ਆ ਜਾਂ ਤੁਹਾਨੂੰ ਠੰਡ ਲੱਗਦੀ ਆ, ਰਜਾਈ ਤੁਸੀਂ ਪੇਟੀ ਵਿੱਚ ਰੱਖੀ ਆ, ਤੁਹਾਨੂੰ ਨਿੱਘ ਕਿੱਦਾਂ ਆ ਸਕਦਾ ਜਦ ਤੱਕ ਤੁਸੀਂ ਉਹਨੂੰ ਆਪਣੇ ਉੱਤੇ ਨਹੀਂ ਲਾਓਗੇ? ਰੋਟੀ ਦੀ ਭੁੱਖ ਤੁਹਾਨੂੰ ਲੱਗੀ ਆ, ਰੋਟੀ ਪੱਕੀ ਹੋਈ ਆ ਪਰ ਢਿੱਡ ਵਿੱਚ ਨਹੀਂ ਗਈ, ਤੁਹਾਡਾ ਢਿੱਡ ਨਹੀਂ ਭਰ ਸਕਦਾ ਭਾਵੇਂ ਰੋਟੀ ਬਣੀ ਹੋਈ ਆ। ਇੱਦਾਂ ਹੀ ਪਰਮੇਸ਼ਵਰ ਦਾ ਵਚਨ ਆ, ਇਹ ਆਤਮਾ ਦੀ ਰੋਟੀ ਆ, ਆਤਮਾ ਦਾ ਭੋਜਨ ਆ, ਇਹ ਬਣਿਆ ਹੋਇਆ ਆ ਪਰਮੇਸ਼ਵਰ ਦੇ ਆਤਮਾ ਤੋਂ। ਇਹ ਸਾਰੀਆਂ ਲਿਖਤਾਂ ਦਰਜ ਕੀਤੀਆਂ ਗਈਆਂ ਪਵਿੱਤਰ ਬਾਈਬਲ ਦੇ ਵਿੱਚ, ਪਰ ਜਦੋਂ ਤੱਕ ਇਹ ਭੋਜਨ ਸਾਡੇ ਆਤਮਾ ਦੇ ਅੰਦਰ ਨਹੀਂ ਜਾਊਗਾ ਉਨੀ ਦੇਰ ਤੱਕ ਸਾਡੇ ਜੀਵਨ ਦੇ ਵਿੱਚ ਉਹ ਆਤਮਕ ਕੰਮ ਨਹੀਂ ਹੋ ਸਕਦੇ ਜਿਨ੍ਹਾਂ ਦੀ ਗੱਲ ਪੌਲਸ ਹੋਣੀ ਕਰਦੇ ਆ, ਜਿਨ੍ਹਾਂ ਦੀ ਗੱਲ ਸੰਤ ਯੋਹੰਨਾ ਹੋਣੀ ਕਰਦੇ ਆ, ਪਤਰਸ ਹੋਣਾ ਨੇ ਕੀਤੀ ਆ ਜਾਂ ਹੋਰ ਪਰਮੇਸ਼ਵਰ ਦੇ ਨਬੀਆਂ ਨੇ ਕੀਤੀ ਆ। ਪਰ ਜੇਕਰ ਅਸੀਂ ਇਹਨਾਂ ਵਚਨਾਂ ਦੀ ਬਰਕਤ ਨੂੰ ਲੈਣਾ ਚਾਹੁੰਦੇ ਹਾਂ ਫਿਰ ਸਾਨੂੰ ਚਾਹੀਦਾ ਆ ਕਿ ਅਸੀਂ ਇਸ ਭੋਜਨ ਨੂੰ ਗ੍ਰਹਿਣ ਕਰਨਾ ਸ਼ੁਰੂ ਕਰੀਏ, ਅਸੀਂ ਵਚਨ ਨੂੰ ਲੈਣਾ ਸ਼ੁਰੂ ਕਰੀਏ। ਤੁਹਾਨੂੰ ਪਤਾ ਭੋਜਨ ਪਚਣਾ ਕਿੱਦਾਂ ਸ਼ੁਰੂ ਹੁੰਦਾ ਆ? ਪਹਿਲਾਂ ਉਹਨੂੰ ਬਹੁਤ ਥੋੜੀ ਮਾਤਰਾ ਵਿੱਚ ਬੱਚੇ ਨੂੰ ਦਿੱਤਾ ਜਾਂਦਾ ਹੈ, ਸੌਫਟ ਕਰਕੇ ਉਹਨੂੰ ਦਿੱਤਾ ਜਾਂਦਾ ਹੈ, ਹਾਰਡ ਸ਼ੇਪ 'ਚ ਨਹੀਂ ਦਿੱਤਾ ਜਾਂਦਾ। ਫਿਰ ਉਹ ਹੌਲੀ ਹੌਲੀ ਬਿਨਾਂ ਮਿਰਚਾਂ ਵਾਲਾ ਖਾਣਾ ਸ਼ੁਰੂ ਕਰਦਾ, ਫਿਰ ਉਹ ਮਿਰਚਾਂ ਵਾਲਾ ਵੀ ਖਾ ਲੈਂਦਾ, ਫਿਰ ਜੋ ਹੱਥ ਆਉਂਦਾ ਜੋ ਸਵਾਦ ਲੱਗਦਾ ਉਹੀ ਖਾਂਦਾ ਹੈ। ਇੱਦਾਂ ਹੀ ਅਸੀਂ ਪਰਮੇਸ਼ਵਰ ਦੇ ਵਚਨ ਨੂੰ ਦੋ ਦੋ ਚੈਪਟਰ ਕਰਕੇ ਪੜ੍ਹਨਾ ਸ਼ੁਰੂ ਕਰੋ। ਨਿਊ ਟੈਸਟਾਮੈਂਟ ਪਹਿਲਾਂ ਪ੍ਰਭੂ ਯਿਸੂ ਮਸੀਹ ਜੀ ਦੇ ਜੀਵਨ ਦੇ ਬਾਰੇ ਵਿੱਚ ਪੜ੍ਹੋ ਕਿ ਪ੍ਰਭੂ ਯਿਸੂ ਮਸੀਹ ਕਿਵੇਂ ਇਸ ਸੰਸਾਰ ਵਿੱਚ ਆਏ, ਕਿਉਂ ਇਸ ਸੰਸਾਰ ਵਿੱਚ ਆਏ, ਔਰ ਕੀ ਕੀਤਾ ਉਹਨਾਂ ਨੇ ਇਸ ਸੰਸਾਰ ਦੇ ਵਿੱਚ ਆਣ ਕੇ। ਫਿਰ ਉਹ ਭਵਿੱਖਬਾਣੀਆਂ ਪੜ੍ਹੋ ਜਿਹੜੀਆਂ ਪ੍ਰਭੂ ਯਿਸੂ ਮਸੀਹ ਜੀ ਦੇ ਬਾਰੇ ਵਿੱਚ ਹੋਈਆਂ ਸੀਗੀਆਂ,
ਫਿਰ ਜ਼ਬੂਰ ਪੜ੍ਹਨੇ ਸ਼ੁਰੂ ਕਰੋ, ਕਹਾਤਾਂ ਪੜ੍ਹਨੀਆਂ ਸ਼ੁਰੂ ਕਰੋ, ਯਸਾਯਾ ਪੜ੍ਹਨਾ ਸ਼ੁਰੂ ਕਰੋ। ਜਦੋਂ ਤੁਹਾਨੂੰ ਇਹ ਬੁੱਕਸ ਸਮਝ ਆਉਣ ਲੱਗ ਗਈਆਂ, ਫਿਰ ਪੜ੍ਹੋ ਜਾ ਕੇ ਕੂਚ ਬਵਸਥਾ ਸਾਰ ਕੀ ਆ, ਉਹ ਸੋਲਿਡ ਫੂਡ ਆ, ਬਹੁਤ ਸੋਲਿਡ ਫੂਡ ਆ। ਔਰ ਜਦੋਂ ਤੁਹਾਨੂੰ ਉਹ ਵੀ ਪਚਣਾ ਸ਼ੁਰੂ ਹੋ ਗਿਆ, ਤੁਸੀਂ ਦੇਖਿਓ ਤੁਹਾਡੇ ਆਤਮਾ ਦਾ ਮੇਦਾ ਕਿੰਨਾ ਮਜ਼ਬੂਤ ਹੋ ਜਾਣਾ। ਜਿੱਦਾਂ ਹੀ ਇੱਥੋਂ ਵਚਨ ਬੋਲਿਆ ਕਰਨਾ, ਜਿੱਦਾਂ ਹੀ ਪ੍ਰਭੂ ਦੇ ਦਾਸਾਂ ਨੇ ਇੱਥੋਂ ਪ੍ਰਾਰਥਨਾ ਕਰਨੀ, ਤੁਹਾਡੇ ਅੰਦਰ ਜਾਣੀ, ਕੁਇਕਲੀ ਉਹਨੇ ਤੁਹਾਨੂੰ ਹੀਲ ਕਰ ਦੇਣਾ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ। ਉਸੇ ਵੇਲੇ ਹੀ ਕੰਮ ਹੋ ਜਾਣਾ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ, ਭੋਰਾ ਵੀ ਚਿਰ ਨਹੀਂ ਲੱਗਣਾ। ਇੰਸਟੈਂਟ ਹੀਲਿੰਗ ਕਿਹਨਾਂ ਦੇ ਜੀਵਨ ਵਿੱਚ ਹੁੰਦੀ ਆ? ਜਿਨ੍ਹਾਂ ਦੇ ਆਤਮੇ ਮਜ਼ਬੂਤ ਆ, ਜਿਨ੍ਹਾਂ ਦੇ ਆਤਮਿਆਂ ਦੇ ਅੰਦਰ ਵਿਸ਼ਵਾਸ ਮਜ਼ਬੂਤ ਆ, ਨੇਚਾ ਮਜ਼ਬੂਤ ਆ, ਜਿਨ੍ਹਾਂ ਨੇ ਪਰਮੇਸ਼ਵਰ ਦੇ ਵਚਨ ਨੂੰ ਪੜ੍ਹਿਆ ਆ, ਸੁਣਿਆ ਆ, ਉਹਦੇ ਉੱਤੇ ਵਿਸ਼ਵਾਸ ਕੀਤਾ ਆ, ਤੇ ਉਹ ਜਾਣਦੇ ਆ ਕਿ ਜਦੋਂ ਪਰਮੇਸ਼ਵਰ ਦੇ ਦਾਸਾਂ ਨੇ ਪ੍ਰਾਰਥਨਾ ਕਰਨੀ ਆ ਜਾਂ ਪਰਮੇਸ਼ਵਰ ਦੇ ਵਚਨ ਨੂੰ ਬੋਲਿਆ ਜਾਣਾ ਆ, ਤੇ ਪਰਮੇਸ਼ਵਰ ਦਾ ਵਚਨ ਜਿਉਂਦਾ ਤੇ ਗੁਣਕਾਰ ਆ। ਵਚਨ ਵਿੱਚ ਲਿਖਿਆ, ਜਿੱਦਾਂ ਵਰਖਾ ਧਰਤੀ ਨੂੰ ਸਿੰਜੇ ਬਿਨਾਂ ਨਹੀਂ ਰਹਿੰਦੀ, ਇੱਦਾਂ ਹੀ ਪਰਮੇਸ਼ਵਰ ਦਾ ਵਚਨ ਆ ਜਿਹੜਾ ਬਿਨਾਂ ਕੰਮ ਕੀਤਿਆਂ ਨਹੀਂ ਰਹਿੰਦਾ, ਖਾਲੀ ਨਹੀਂ ਰਹਿੰਦਾ। ਜਦੋਂ ਪਰਮੇਸ਼ਵਰ ਦਾ ਵਚਨ ਬੋਲਿਆ ਜਾਂਦਾ ਆ, ਕੰਮ ਹੋਣਾ ਹੀ ਹੋਣਾ ਆ। ਹਾਲੇਲੂਇਆ। ਇਸ ਗੱਲ ਨੂੰ ਯਕੀਨ ਬਣਾ ਲਓ ਕਿ ਜਦੋਂ ਵੀ ਪਰਮੇਸ਼ਵਰ ਦਾ ਵਚਨ ਬੋਲਿਆ ਜਾਣਾ ਆ, ਕੰਮ ਹੋਣਾ ਹੀ ਹੋਣਾ ਆ। ਜੇ ਮੀਂਹ ਪਵੇ ਤੇ ਆਪਾਂ ਕਹੀਏ ਮੀਂਹ ਪਿਆ ਪਈ ਜਾਂਦਾ ਆ, ਪਰ ਜ਼ਮੀਨ ਖੁਸ਼ਕੀ ਆ, ਸੁੱਕੀ ਆ, ਹੋ ਸਕਦਾ ਇਦਾਂ? ਕਦੀ ਵੀ ਨਹੀਂ। ਜੇ ਮੀਂਹ ਪੈਂਦਾ ਆ, ਜ਼ਮੀਨ ਨੇ ਗਿੱਲੇ ਹੋਣਾ ਹੀ ਆ। ਇੱਦਾਂ ਹੀ ਪਰਮੇਸ਼ਵਰ ਦਾ ਵਚਨ ਆ, ਜਦੋਂ ਉਹ ਸਾਡੇ ਲਈ ਪਰਮੇਸ਼ਵਰ ਨੇ ਭੇਜਿਆ ਆ, ਉਹਨੇ ਸਾਡੇ ਜੀਵਨ ਵਿੱਚ ਕੰਮ ਕਰਨਾ ਹੀ ਕਰਨਾ ਆ। ਅਸੀਂ ਖੁਸ਼ਕ ਨਹੀਂ ਰਵਾਂਗੇ, ਅਸੀਂ ਸਪਿਰਚੁਅਲੀ ਡਰਾਈਨੈਸ ਦੇ ਵਿੱਚ ਨਹੀਂ ਰਵਾਂਗੇ, ਪਰ ਉਹ ਸਾਨੂੰ ਆਪਣੇ ਮਸਾਂ ਦੇ ਤੇਲ ਨਾਲ ਤ੍ਰਿਪਤ ਕਰੇਗਾ ਤੇ ਸਾਡੇ ਜੀਵਨ ਵਿੱਚ ਅਦਭੁਤ ਕੰਮ ਕਰੇਗਾ।